ਉਹ ਪੰਜ ਫਿਲਮਾਂ ਜੋ ਦੇਵ ਖਰੌੜ ਦੇ ਹਿਸਾਬ ਨਾਲ ਹਰ ਬੰਦੇ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ? ਸਭ ਤੋਂ ਪਹਿਲਾਂ ਮੈਂ ਰੱਖੂੰਗਾ ਜੀ ਬਾਗ ਮਿਲਖਾ ਬਾਗ, ਕਿਉਂਕਿ ਉਸ ਫਿਲਮ ਨੇ ਮੈਨੂੰ ਮੋਟੀਵੇਟ ਕੀਤਾ ਸੀ ਔਰ ਤੁਹਾਨੂੰ ਵੀ ਮੋਟੀਵੇਟ ਕਰੂਗੀ। ਉਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਨੰਬਰ 2 ਤੇ ਮੈਂ ਰੱਖੂੰਗਾ 3 Idiots। ਉਹ ਇਸ ਕਰਕੇ ਦੇਖਣੀ ਚਾਹੀਦੀ ਹੈ ਕਿ ਉਹ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ। ਦੋਸਤੀ ਦੀ ਪਰਿਭਾਸ਼ਾ ਉਹਦੇ ਵਿੱਚ, ਡੈਫੀਨੇਸ਼ਨ ਆਫ ਫਰੈਂਡਸ਼ਿਪ ਬਹੁਤ ਖੂਬਸੂਰਤ ਤਰੀਕੇ ਨਾਲ ਉਸ ਫਿਲਮ ਦੇ ਵਿੱਚ ਦਿਖਾਈ ਹੈ। 3 ਨੰਬਰ ਤੇ ਮੈਂ ਰੱਖਣਾ ਚਾਹੂੰਗਾ ਹਾਲੀਵੁੱਡ ਦੀ ਮੂਵੀ ਹੈ ਜੀ ਕਲਿਫ ਹੈਂਗਰ। ਸਿਲਵੈਸਟਰ ਸਟੈਲਨ ਦੀ ਮੂਵੀ ਹੈ ਕਿਉਂਕਿ ਸਿਨੇਮੈਟੋਗ੍ਰਾਫੀ ਦੇ ਹਿਸਾਬ ਨਾਲ ਬਹੁਤ ਚੰਗੀ ਮੂਵੀ ਹੈ। ਹਾਂ, ਤੇ 4 ਮੇਰੀ ਮਨਪਸੰਦੀਦਾ ਫਿਲਮ ਹੈਗੀ ਜੀ ਦਾਮਨੀ, ਕਿਉਂਕਿ ਉਹਦੇ ਵਿੱਚ ਮੈਨੂੰ ਸਨੀ ਦਿਓਲ ਦਾ ਰੋਲ ਬਹੁਤ ਘੈਂਟ ਲੱਗਿਆ ਸੀਗਾ। 1.5 ਘੰਟੇ ਦੇ ਰੋਲ 'ਚ ਉਹ ਨੈਸ਼ਨਲ ਅਵਾਰਡ ਲੈ ਗਿਆ ਸੀ। 5 ਫਿਲਮ ਮੇਰੀ ਹੈਗੀ ਜੀ ਬਲੈਕ ਈਅਰ 2। ਉਹ ਇਸ ਕਰਕੇ ਹੈ ਕਿਉਂਕਿ ਇਹਦਾ ਰੀਜ਼ਨ ਤੁਹਾਨੂੰ ਜਾ ਕੇ ਮਿਲਣਾ ਸਿਨੇਮਾ ਘਰਾਂ ਦੇ ਵਿੱਚ ਕਿ ਕਿਉਂ ਦੇਖਣੀ ਚਾਹੀਦੀ ਹੈ।